ਖਿਆਲ ਨਾਲ ਕਿ ਅੱਜ ਪੰਜਾਬ ਦੇ ਵਿੱਚ ਅਗਰ ਤੁਸੀਂ ਦੇਖੋ ਨਾ, ਜਿਹੜੀ ਸੋਈ ਸੀ, ਸੋਈ ਭਰਤੀ ਕੀਤੇ ਯੂਥ, ਫਿਰ ਉਹਨਾਂ ਨੂੰ ਖੁੱਲ੍ਹਾ ਇਹਨਾਂ ਨੇ ਪ੍ਰੋਟੈਕਸ਼ਨ ਦਿੱਤੀ, ਉਹ 'ਚ ਹਰ ਕਿਸਮ ਦਾ ਐਲੀਮੈਂਟ ਜੁਆਇਨ ਕਰ ਗਿਆ। ਅਤੇ ਜਦੋਂ ਪੋਲੀਟੀਕਲ ਬੰਦੇ ਪਾਰਟੀਜ਼ ਨਾਲ ਔਰ ਇੱਕ ਇੰਡੀਵਿਜੁਅਲ ਨਾਲ ਜਦੋਂ ਬੰਦੇ ਜੁੜ ਜਾਂਦੇ ਆ ਨਾ, ਫਿਰ ਉਹ ਪੁਲਿਸ ਦੀ ਪਰਵਾਹ ਨਹੀਂ ਕਰਦੇ, ਸਮਾਜ ਦੀ ਪਰਵਾਹ ਨਹੀਂ ਕਰਦੇ। ਤੁਸੀਂ ਬਹੁਤ ਕੁਝ ਦੇਖਿਆ ਹੋਣਾ ਕਿ ਬਈ ਪਿਛਲੇ ਸਮੇਂ ਦੇ ਵਿੱਚ ਗੈਂਗ ਵਾਰਸ ਤਾਂ ਹੀ ਹੋਈਆਂ, ਅਤੇ ਜੇ ATS ਦਾ ਗਠਨ ਜਿਹੜਾ ਨਾ, ਇਹਨਾਂ ਇਹਨੂੰ ਠੱਲ ਪਾਊਗੀ। ਅੱਜ ਪੰਜਾਬ ਦੇ ਵਿੱਚ ਆਮ ਨਾਗਰਿਕ ਪਿਛਲੇ 5 ਸਾਲ ਦੇ ਰਾਜ 'ਚ ਬੜਾ ਆਪਣੇ ਆਪ ਨੂੰ ਨਾ ਭੈਭੀਤ ਸੀ, ਔਰ ਕਿਸੇ ਬੰਦੇ ਦੀ ਵੀ ਬੇਇੱਜ਼ਤੀ ਕਿਤੇ ਵੀ ਕੀਤੀ ਜਾ ਸਕਦੀ ਸੀ, ਇਕੱਠੇ ਹੋ ਕੇ ਪੈ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਠੱਲ ਦੇਣ ਲਈ ਔਰ ਸ਼ੁਰੂਆਤ ਇਹ ਹੁੰਦੀ ਹੈ, ਫਿਰ ਅੱਤਵਾਦਾਂ ਨੂੰ ਕੰਮ ਚੱਲਦਾ। ਔਰ ATS ਦਾ ਜਿਹੜਾ ਗਠਨ ਆ, ਜਿਹੜਾ ਬਾਹਰੀ ਤਾਕਤਾਂ ਉਹ ਫਿਰ ਮੁੰਡਿਆਂ ਨੂੰ ਗੁੰਮਰਾਹ ਕਰਦੀਆਂ, ਉਹ ਇਹੋ ਜਿਹੇ ਇੰਸੀਡੈਂਟ ਹੁੰਦੇ ਆ, ਉਹਨਾਂ ਸਾਰਿਆਂ ਨੂੰ ਰੋਕਣ ਲਈ ਬਹੁਤ ਅਤਿਅੰਤ ਜ਼ਰੂਰੀ ਸੀ। ਔਰ ਸਾਡੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਗੰਭੀਰਤਾ ਨਾਲ ਪੰਜਾਬ ਦੀ ਲਾ ਐਂਡ ਆਰਡਰ ਸਿਚੁਏਸ਼ਨ ਨੂੰ ਲੈ ਰਿਹਾ ਹੈ। ਸਰ ਇੱਕ ਜਿੱਦਾਂ ਗੱਲ ਹੈ ਕਿ ਵੀ ਪਹਿਲੀ ਗੱਲ ਹੈ ਕਿ ਵੀ ਇਹ ਜਿਹੜੀਆਂ ਅੱਗਾਂ ਨੇ ਇਹ ਹਰ ਸਾਲ ਲੱਗਦੀਆਂ, ਕਾਰਨ ਕੀ ਆ ਕਿ ਵੀ ਜਦੋਂ ਤੇਜ਼ ਹਵਾ ਆਉਂਦੀ ਆ ਅਤੇ ਤਾਰਾਂ ਆਪਸ 'ਚ ਟਕਰਾ ਜਾਂਦੀਆਂ, ਉਹ ਸਪਾਰਕ ਹੋਇਆ ਨਹੀਂ ਤਾਂ ਅੱਗ ਲੱਗੀ ਨਹੀਂ। ਸੋ ਇਹਦੇ ਵਾਸਤੇ ਮੈਂ ਆਪਣੇ ਚੇਅਰਮੈਨ ਸਾਹਿਬ ਨੂੰ ਵਿਨੂ ਪ੍ਰਸ਼ਾਦ ਜੀ ਨੂੰ ਹਦਾਇਤ ਕੀਤੀ ਆ ਕਿ ਜਲਦੀ ਤੋਂ ਜਲਦੀ, ਹੁਣ ਅਗਲੇ ਸਾਲ ਤਾਂ ਹੋਏਗਾ, ਅਤੇ ਅੱਜ ਕੱਲ੍ਹ ਵੈਦਰ ਨੂੰ ਮੋਨੀਟਰ ਕੀਤਾ ਜਾਂਦਾ ਸੈਂਸਰ ਦੇ ਥਰੂ, ਰਿਮੋਟ ਸੈਂਸਰ ਟੈਕਨੋਲੋਜੀ ਲਾ ਕੇ ਆਪਾਂ ਇਹਦਾ ਲਾਹਾ ਲੈ ਸਕਦੇ ਹਾਂ ਅਤੇ ਇਹ ਮਿਨੀਮਾਈਜ਼ ਕਰ ਸਕਦੇ ਹਾਂ। ਅਤੇ ਅਗਲੇ ਸਾਲ 1 ਮਹੀਨੇ ਲਈ ਖਾਸ ਤੌਰ 'ਤੇ, ਔਰ ਅਦਰਵਾਈਜ਼ ਵੀ ਅਸੀਂ ਵੈਦਰ ਮੋਨੀਟਰਿੰਗ ਕਰਿਆ ਕਰਾਂਗੇ। ਨਹੀਂ 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 ਇਹ ਨਹੀਂ ਗੱਲ, ਕਾਨੂੰਨ ਵਿਵਸਥਾ ਹੈ, ਤੁਹਾਡੇ ਸਮਝਣ 'ਚ ਫਰਕ ਪੈ ਗਿਆ ਹੋਣਾ। ਬਹੁਤ ਸਾਡੇ ਸੀਨੀਅਰ ਲੀਡਰ ਨੇ ਔਰ ਉਹ ਤਾਂ ਬਹੁਤ ਨਰਮ ਨੇ, ਜੇ ਤੁਸੀਂ ਉਹਨਾਂ ਦਾ ਸੁਭਾਅ ਦੇਖੋ ਤਾਂ ਬੜੇ ਨਰਮ ਸੁਭਾਅ ਦੇ ਨੇ, ਕੋਈ ਉਹਨਾਂ ਦੇ ਬੋਲਣ 'ਚ ਫਰਕ ਨਹੀਂ ਪਿਆ, ਕਿਤੇ ਕੋਈ ਮਿਸਕਮਿਊਨੀਕੇਟ ਹੋ ਗਿਆ, ਅਦਰਵਾਈਜ਼ ਹੀ ਇਜ਼ ਅ ਸੀਜ਼ਨਡ ਪੋਲੀਟੀਸ਼ੀਅਨ।